ਧੰਨ ਧੰਨ ਬਾਬਾ ਦੀਪ ਸਿੰਘ ਜੀ, ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਜਿਨ੍ਹਾਂ ਦਾ ਆਉਂਦਾ ਹੈ ਤੇ ਅੱਜ ਸੰਗਤ ਉਹਨਾਂ ਦੇ ਸਥਾਨ ਤੇ ਪਹੁੰਚ ਕੇ ਚੁਪਹਿਰਾ ਸਾਹਿਬ ਜਿਹੜਾ ਕੱਟਦੀ ਹੈ। ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਹਾਂ ਇਸ ਟਾਈਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਲੁਧਿਆਣਾ ਦੀਆਂ, ਜਿੱਥੇ ਹਰ ਬੁੱਧਵਾਰ ਚਾਹੇ ਗਰਮੀ ਹੋਵੇ, ਚਾਹੇ ਮੀਂਹ ਪੈਂਦਾ ਹੋਵੇ, ਚਾਹੇ ਠੰਡ ਹੋਵੇ, ਜਿਹੋ ਜਿਹਾ ਮਰਜ਼ੀ ਮੌਸਮ ਨਾਲ ਸੰਗਤ ਇੱਥੇ ਪਹੁੰਚਦੀ ਹੈ। ਅੱਜ ਸੰਗਤ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਇੱਥੇ ਕਿਸ ਕਿਸ ਤਰੀਕੇ ਦੇ ਜਿਹੜਾ ਹੈ ਉਹ ਬਾਬਾ ਜੀ ਦੀ ਕਿਰਪਾ ਹੁੰਦੀ ਹੈ, ਸੰਗਤਾਂ ਦੇ ਜਿਹੜੇ ਕਾਰਜ ਨੇ ਉਹ ਰਾਸ ਆਉਂਦੇ ਨੇ। ਤਪਦੀ ਗਰਮੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸੰਗਤ ਜਿਹੜੀ ਹੈ ਬੈਠੀ ਹੈ, ਲਗਾਤਾਰ ਪਾਠ ਦੇ ਪ੍ਰਵਾਹ ਜਿਹੜੇ ਹੈ ਚੱਲ ਰਹੇ ਨੇ। ਜਪ ਜੀ ਸਾਹਿਬ ਮੁੜ ਕੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਇੱਥੇ ਹੁੰਦਾ ਹੈ ਚੁਪਹਿਰਾ ਸਾਹਿਬ ਦੇ ਵਿੱਚ। ਸੰਗਤ ਜਿਹੜੀ ਹੈ ਉਹ ਬੜੀ ਦੂਰੋਂ ਦੂਰੋਂ ਆਉਂਦੀ ਹੈ ਇੱਥੇ। ਅੱਜ ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਸੰਗਤ ਦੇ ਨਾਲ। ਚੁਪਹਿਰਾ ਸਾਹਿਬ ਤੇ ਸੰਗਤ ਜਿਹੜੀ ਹੈ ਉਹ ਲਗਾਤਾਰ ਆਉਂਦੀ ਹੈ ਇੱਥੇ। ਕਹਿੰਦੇ ਨੇ ਕਿ ਬੜਿਆਂ ਦੀਆਂ ਮੰਨਤਾਂ ਜਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਇੱਥੇ। ਬਾਬਾ ਜੀ ਸਾਡੇ ਨਾਲ ਮੌਜੂਦ ਨੇ, ਅਸੀਂ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਤੁਸੀਂ ਇੱਥੇ ਕੇਲੇ ਜਿਹੜਾ ਉਹਦੀ ਸੇਵਾ ਕਰਦੇ ਹੋ, ਪੁੱਛਣਾ ਚਾਹਾਂਗਾ ਕਿ ਕੇਲੇ ਕਿਉਂ ਦਿੱਤੇ ਜਾਂਦੇ ਨੇ ਅੰਦਰ? ਵੀਰ ਜੀ ਵੈਸੇ ਚਲੋ ਬਾਕੀ ਦਾ ਸਾਰਿਆਂ ਦੀ ਆਪੋ ਆਪਣੀ ਸ਼ਰਧਾ ਹੈ। ਮੈਂ ਤਾਂ ਇਹ ਕਹੂੰਗਾ ਵੀ ਗੁਰੂ ਘਰ ਕੋਈ ਵੀ ਚੀਜ਼ ਚੜ੍ਹਦੀ ਆ, ਜੇ ਆਪਾਂ ਭੇਟਾਰੀ ਤੌਰ 'ਤੇ ਮੰਨਾਂਗੇ, ਕੋਈ ਧੰਨ ਦੌਲਤ ਚੜ੍ਹਾਉਂਦਾ, ਕੋਈ ਮਨ ਦੀ ਭੇਟਾ ਚੜ੍ਹਾਉਂਦਾ, ਕੋਈ ਚੀਜ਼ ਚੜ੍ਹਾਉਂਦਾ, ਗੁਰੂ ਕਿਸੇ ਵੀ ਚੀਜ਼ ਨੂੰ ਠਕਰਾਉਂਦਾ ਨਹੀਂ ਹੈਗਾ ਕਦੇ ਵੀ ਜ਼ਿੰਦਗੀ 'ਚ। ਕਿਉਂਕਿ ਪੰਜਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੁਹਾਣੇ ਦਾ ਇੱਕ ਇਨਸਾਨ ਗਿਆ ਸੀ, ਉਸ ਨੇ ਪ੍ਰਸ਼ਾਦ ਲੈਣ ਤੋਂ ਨਾਂਹ ਕਰਤਾ ਸੀ ਕਿਉਂਕਿ ਅੰਬਾਂ ਦਾ ਪ੍ਰਸ਼ਾਦ ਹੁੰਦਾ ਸੀ ਪੰਜਵੇਂ ਪਾਤਸ਼ਾਹ ਦੇ। ਉਹ ਕਹਿੰਦੇ ਸਾਡੀ ਅਮਾਨਤ ਕਰਕੇ ਰੱਖ ਲਾ। ਫਿਰ ਪੋਹ ਬਾਗ ਦੇ ਵਿੱਚ ਸਤਿਗੁਰੂ ਜੀ ਆਏ ਅਤੇ ਆਏ ਤਾਂ ਉਹ ਕਹਿੰਦੇ ਸਾਡੀ ਅਮਾਨਤ ਵਾਪਸ ਕਰ। ਉਹ ਕਹਿੰਦੇ ਵੀ ਇਸ ਦਿਨ ਪਾਪ ਨਹੀਂ ਹੁੰਦੇ। ਮਹਾਰਾਜ ਕਹਿੰਦੇ ਹਲੂਣਾ ਦੇ, ਉੱਥੋਂ ਅੰਬ ਝੜਿਆ ਅਤੇ ਅੰਬ ਝੜਨ ਦੇ ਨਾਲ ਅਤੇ ਮਹਾਰਾਜ ਨੂੰ ਛਕਿਆ। ਕਹਿਣ ਦਾ ਭਾਵ ਵੀ ਉਹ ਵੀ ਕੋਈ ਸ਼ਰਧਾ ਰੱਖ ਕੇ ਆਇਆ ਸੀਗਾ ਵੀ ਕੋਈ ਵੀ ਇਨਸਾਨ ਆਪਣੀ ਸ਼ਰਧਾ ਰੱਖ ਕੇ ਗੁਰੂ ਦੇ ਜੋ ਵੀ ਭੇਟਾ ਦਿੰਦਾ, ਇੱਥੇ ਚੋਰ ਵੀ ਆਉਂਦਾ, ਠੱਗ ਵੀ ਆਉਂਦਾ, ਪ੍ਰੇਮੀ ਵੀ ਆਉਂਦਾ, ਸਾਰਾ ਆਉਂਦਾ। ਕਿਉਂਕਿ ਸਤਿਗੁਰ ਤਾਂ ਐਸਾ ਹੈ ਵੀ ਪਿਛਲੇ ਔਕੜ ਬਖਸ਼ਲਾ ਪ੍ਰਭਾਗਾ ਮਾਰਗ ਪਾਵੇ। ਇੱਥੇ ਨਾ ਅੱਜ ਇਸ ਟਾਈਮ ਮੌਸਮ ਦੇਖ ਰਹੇ ਹਾਂ ਬਹੁਤ ਗਰਮੀ ਹੈ, ਪਸੀਨੋ ਪਸੀਨੀ ਤੁਸੀਂ ਵੀ ਹੋਏ ਪਏ ਹੋ। ਇੱਥੇ ਸੰਗਤ ਜਿਹੜੀ ਹੈ ਫਿਰ ਵੀ ਇੰਨੀ ਦੂਰੋਂ ਦੂਰੋਂ ਆਉਂਦੀ ਹੈ, ਗਰਮੀ 'ਚ ਵੀ ਇੱਦਾਂ ਹੀ ਜਿਹੜਾ ਸੰਗਤ ਪਹੁੰਚਦੀ ਹੈ ਇੱਥੇ। ਵੀਰ ਜੀ ਦੱਸਾਂ ਕੀ ਗੱਲ ਆ, ਅਸੀਂ ਇਹ ਗੱਲ ਕਰਦੇ ਹਾਂ ਹਮੇਸ਼ਾ ਜਿਹੜੀ ਬਾਣੀ ਆ ਹਿਰਦਿਆਂ ਨੂੰ ਉਠਾਰਦੀ ਆ, ਧੁੱਪਾਂ ਦਾ ਕੀ ਚੀਜ਼ ਹੈ ਇਹ ਤਾਂ ਮੰਨਦੇ ਹੋ। ਪੰਜਵੇਂ ਪਾਤਸ਼ਾਹ ਨੇ ਕਿੱਡਾ ਤਪ ਕੀਤਾ, ਕਿੱਡਾ ਤਵੀ 'ਤੇ ਬੈਠੇ, ਆਹ ਸਿੰਘਾਂ ਨੇ ਖੋਪਰੀਆਂ ਲਾਤੀਆਂ, ਆਪਾਂ ਕਿਹਦੇ ਜਾ ਰਹੇ ਹਾਂ? ਕੀ ਆ ਆਹਦਾ ਕੋਈ ਵੀ ਧੁੱਪ ਅਸੀਂ ਮੰਨਦੇ ਨਹੀਂ ਕੋਈ ਧੁੱਪ। ਜਿਹੜੇ ਬਾਣੀ ਪੜ੍ਹਦੇ ਨੇ ਵੀਰ ਜੀ, ਬਾਣੀ ਤਾਂ ਹਿਰਦੇ ਨੂੰ ਉਠਾਰਦੀ ਹੈ, ਨਾਲੇ ਤਾਂ ਕਹਿੰਦੇ ਬਾਣੀ ਗੁਰੂ ਗੁਰੂ ਆ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਾ ਸੇਵਕ ਜਨ ਮਾਨਾ ਪ੍ਰਤੱਖ ਗੁਰੂ ਨਤਾਰੇ। ਤੁਸੀਂ ਸੱਚੇ ਮਨ ਦੇ ਨਾਲ ਪੜ੍ਹੋ, ਨਾ ਤੁਹਾਨੂੰ ਧੁੱਪ ਨਾ ਹੋਵਾ, ਕਿਉਂਕਿ ਔਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾਓ। ਜੇ ਪੂਰੇ ਮਹੀਨੇ 'ਚ ਸਾਹਿਬਜ਼ਾਦਿਆਂ ਨੂੰ ਠੰਡ ਵੀ ਲੱਗ ਸਕਦੀ, ਪਰ ਉਹਨਾਂ ਦੇ ਕੰਠ ਦੇ ਵਿੱਚ ਪਰਮਾਤਮਾ ਵਸਿਆ ਸੀ। ਇਹ ਲੋਕਾਂ ਦੇ ਹਿਰਦੇ ਦੇ ਵਿੱਚ ਬਾਣੀ ਵਸੀ ਹੋਈ ਆ, ਇਹ ਧੁੱਪਾਂ ਨਹੀਂ ਵਸੀ ਹੋਈ, ਇਹ ਬਾਬਾ ਦੀਪ ਸਿੰਘ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸੀ ਹੋਈ ਆ, ਨਾ ਕਿ ਕੋਈ ਹੋਰ ਚੀਜ਼ ਵਸੀ ਆ, ਤਾਂ ਕਰਕੇ ਇਹਨਾਂ ਨੂੰ ਧੁੱਪਾਂ ਨਹੀਂ ਲੱਗਦੀ। ਇੱਥੇ ਕਹਿੰਦੇ ਨੇ ਕਿ ਜਿਹੜੀ ਸੰਗਤ ਆਉਂਦੀ ਹੈ ਇੱਥੇ ਉਹਨਾਂ ਦੇ ਜਿਹੜੇ ਮਨੋਕਾਮਨਾਵਾਂ ਜਿਹੜੀਆਂ ਲੈ ਕੇ ਆਉਂਦੇ ਨੇ ਉਹ ਪੂਰੀਆਂ ਹੁੰਦੀਆਂ ਨੇ, ਇੱਥੇ ਹੁੰਦਾ ਇੱਦਾਂ ਦਾ ਕੁਛ? ਵੀਰ ਜੀ ਮੈਂ ਦੱਸਾਂ ਜੀ, ਵਿਸ਼ਵਾਸ ਰੱਖ ਕੇ ਕਿਤੇ ਵੀ ਚਲੇ ਜਾਓ, ਜੇ ਸਾਨੂੰ ਵਿਸ਼ਵਾਸ ਹੀ ਨਹੀਂ ਹੈਗਾ ਤਾਂ ਕਿਤੇ ਨਹੀਂ ਪੂਰੀ ਹੁੰਦੀ। ਕਿਉਂਕਿ ਜਦੋਂ ਇੱਕ ਵਾਰੀ ਇੱਕ ਇਨਸਾਨ ਬਿਲਕੁਲ ਗੁਰਬਾਣੀ ਨਹੀਂ ਸੀ ਪੜ੍ਹਦਾ, ਇੱਕ ਦਿਨ ਉਹਨੂੰ ਤਪ ਕਰਾਇਆ ਗਿਆ, 5-10 ਮਿੰਟ ਵਾਹਿਗੁਰੂ ਕਹਾਇਆ ਗਿਆ। ਉਹ ਕਹਿੰਦਾ ਵੀ ਨਰਕ ਚਾਹੀਦਾ ਸਵਰਗ, ਉਹ ਕਹਿੰਦਾ ਮੈਨੂੰ ਸਵਰਗ ਚਾਹੀਦਾ 5 ਮਿੰਟ ਵਾਸਤੇ, ਵੀ ਜਿਹੜਾ ਕਿਉਂਕਿ ਲਿਖਿਆ ਹੋਇਆ ਸੀਗਾ ਉੱਥੇ। ਜਦੋਂ ਉਹਨੇ 5 ਮਿੰਟ ਸਵਰਗ ਦੇ ਵਿੱਚ ਦੇਖਿਆ, 10-40 ਬੰਦੇ ਵਾਹਿਗੁਰੂ ਕਰਦੇ ਸੀ, ਕਹਿੰਦੇ ਹੁਣ ਤੇਰੀ ਵਾਰੀ ਨਹੀਂ ਆਊਗੀ। ਕਿਉਂ? ਕਿਉਂਕਿ ਇੱਥੇ ਲੱਖਾਂ ਹੀ ਬੰਦਿਆਂ ਦਾ ਜਾਪ ਕਰਦਾ, ਇੱਥੇ ਨਹੀਂ ਮੁਰਾਦ ਪੂਰੀ ਹੋਊਗੀ ਉਹ ਕਿੱਥੇ ਹੋਊਗੀ? ਨਾ ਅਸੀਂ ਕਹਿੰਦਾ ਜਿੱਥੇ ਜਾਏ ਪਏ ਮੇਰਾ ਸਤਿਗੁਰੂ ਸੋ ਥਾਂ ਸੋ ਵਰਾ ਵਰਾ, ਜਿੱਥੇ ਬਾਣੀ ਇੰਨੀ ਪੜ੍ਹੀ ਜਾਂਦੀ ਹੈ ਉਹ
ਥਾਨ ਸੁਹਾਵਾ ਕਿ ਉਹਨੂੰ ਇੰਨਾ ਲੋਕਾਂ ਦਾ ਤਾਪਾ ਇੰਨੀ ਸ਼ਰਧਾ ਹੈ ਕਿ ਇੱਥੇ ਨੇ ਨਾ ਮੁਰਾਦਪੁਰ ਕਿਤੇ ਵੀ ਤੁਸੀਂ ਪੜ੍ਹਨ ਲੱਗ ਜਾਓ, ਇਹ ਨਹੀਂ ਹੈਗਾ ਵੀ ਆਈ ਅਸਥਾਨ ਆ, ਕਿਤੇ ਵੀ ਤੁਸੀਂ ਬਾਣੀ ਬੈਠ ਕੇ ਪੜ੍ਹਨ ਲੱਗ ਜਾਓ। ਹੁਣ ਅਸੀਂ ਰੂੜੀਆਂ 'ਤੇ ਜਾਂਦੇ ਹਾਂ, ਕਿਤੇ ਵੀ ਜਾਂਦਾ ਪਟਾਲਾ ਜਾਂਦੇ ਹਾਂ, ਉੱਥੇ ਅਸੀਂ ਮੱਥਾ ਨਹੀਂ ਟੇਕਦੇ, ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ ਉਹੀ ਅਸਥਾਨ ਕੀ ਬਣ ਜਾਂਦਾ, ਸੁਹਾਵਾ ਬਣ ਜਾਂਦਾ, ਇਹ ਤਾਂ ਮੰਨਦੇ ਹੋ। ਬਸ ਆਹੀ ਗੱਲ ਆ ਜੀ, ਮੇਰੀ ਜਿਹੜੀ ਮਨ ਦੀ ਇਹ ਆ, ਬਾਕੀ ਤੁਹਾਨੂੰ ਕੋਈ ਬਿਆਨ ਹੋਰ ਕੁਛ ਲਓ ਦਊਗਾ, ਮੇਰੇ ਤਾਂ ਸਿੱਧੇ ਜਿਹੇ ਬਿਆਨ ਨੇ ਵੀ ਜਿੱਥੇ ਮੇਰੇ ਸਤਿਗੁਰਾਂ ਦੀ ਬਾਣੀ ਪੜ੍ਹਨ ਲੱਗ ਜਾਂਦੇ ਆ, ਕਿਤੇ ਵੀ ਘਰੇ ਪੜ੍ਹ ਲਾ ਜੋ ਸ਼ਰਧਾ ਰੱਖ ਕੇ, ਯਾਰ ਇੱਥੇ ਤਾਂ ਇੰਨੀ ਸੰਗਤ ਪੜ੍ਹਦੀ ਆ, ਇੰਨੀ ਸੰਗਤ ਦੇ ਵਿੱਚ ਸ਼ਰਧਾ ਨਹੀਂ ਪੂਰੀ ਹੋਊਗੀ ਫਿਰ ਉੱਥੇ ਹੋਰ ਕਿੱਥੇ ਹੋਊਗੀ। ਸੋ ਹੋਰ ਵੀ ਤੁਹਾਡੀ ਜਿਹੜੀ ਸੰਗਤ ਨਾਲ ਗੱਲਬਾਤ ਕਰਵਾਵਾਂਗੇ ਕਿ ਕਿਸ ਤਰੀਕੇ ਨਾਲ ਇੰਨੀ ਭੀੜ, ਇੰਨਾ ਇਕੱਠ, ਤੁਸੀਂ ਮੌਸਮ ਦੇਖ ਸਕਦੇ ਹੋ, ਗਰਮੀ ਇੰਨੀ ਆ, ਫਿਰ ਵੀ ਸੰਗਤ ਜਿਹੜੀ ਆ ਉਹ ਹੋਮ ਆ ਕੇ ਇੱਥੇ ਪਹੁੰਚਦੀ ਹੈ ਜੀ। ਇੰਨੀ ਸੇਵਾ ਭਾਵਨਾ ਕਿ ਤੁਹਾਡੇ ਹੱਥ 'ਤੇ ਇੱਕ ਪਾਸੇ ਪਲਸਤਰ ਲੱਗਿਆ, ਤੁਸੀਂ ਦੂਜੀ ਹੱਥ ਨਾਲ ਜਿਹੜਾ ਪੱਖੀ ਝੱਲਦੇ ਪਏ ਹੋ, ਇੱਥੇ ਆ ਕੇ ਸੰਗਤ ਦੀ ਸੇਵਾ ਕਰ ਰਹੇ ਹੋ, ਕੀ ਭਾਵਨਾ ਤੁਹਾਡੀ? ਬਸ ਜੀ, ਬਾਬਾ ਦੀਪ ਸਿੰਘ ਜੀ ਦੀ ਕਿਰਪਾ ਆ, ਉਹਨਾਂ ਸਦਕੇ ਤੁਰੇ ਫਿਰਦੇ ਹਾਂ, ਇਹਦਾ ਤਾਂ ਪਤਾ ਹੀ ਨਹੀਂ ਲੱਗਦਾ, ਸੱਟ ਤਾਂ ਵੱਜੀ ਹੋਈ ਹੈ, ਬਸ ਸੇਵਾ ਕਰੀ ਦੀ ਹੈ ਬਸ। ਇੰਨੀ ਗਰਮੀ ਆ, ਧੁੱਪ ਹੈ, ਪਸੀਨੋ ਪਸੀਨੀ ਹੋਏ ਪਏ ਨੇ ਸਾਰੇ ਜਣੇ, ਫਿਰ ਵੀ ਇੱਥੇ ਇੰਨੀ ਸੰਗਤ ਹੁੰਮ ਹੁੰਮਾ ਕੇ ਪਹੁੰਚਦੀ ਹੈ, ਕੀ ਮਹੱਤਤਾ ਇਸ ਥਾਂ ਦੀ? ਮਹੱਤਤਾ ਜੀ ਦੇਖੋ, ਜਿਹੜੇ ਸੱਚੇ ਦਿਲ ਨਾਲ ਇੱਥੇ ਆਣ ਕੇ ਮੱਥਾ ਟੇਕਦੇ ਆ, ਉਹਨਾਂ ਕੋਲ ਬਾਬਾ ਦੀਪ ਸਿੰਘ ਜੀ ਕੋਲ ਮੰਨਦੇ ਆ, ਸੱਚੇ ਦਿਲ ਨਾਲ ਸਭ ਨੂੰ ਮਿਲਦਾ, ਸਾਰੇ ਆਣ ਕੇ ਤਾਂ ਹੀ ਇੱਥੇ ਆਣ ਕੇ ਚੁਪਹਿਰਾ ਕੱਟਦੇ ਆ। ਤੁਹਾਨੂੰ ਕਦੇ ਕੁਛ ਇੱਦਾਂ ਦਾ ਹੋਇਆ ਕਿ ਤੁਸੀਂ ਮਨ 'ਚ ਕੋਈ ਆਸ ਲੈ ਕੇ ਆਏ ਹੋ, ਤੁਹਾਡੀ ਇੱਥੇ ਪੂਰੀ ਹੋਈ ਹੋਵੇ? ਸਾਨੂੰ ਤਾਂ ਸਾਰਾ ਕੁਛ ਬਾਬਾ ਜੀ ਇੱਥੋਂ ਹੀ ਮਿਲਿਆ, ਸਭ ਕੁਛ ਇੱਥੋਂ ਮਿਲਿਆ ਸਾਨੂੰ। ਤੁਸੀਂ ਹਰ ਵਾਰੀ ਆਉਂਦੇ ਹੋ ਇੱਥੇ? ਹਾਂਜੀ, ਹਰ ਬੁੱਧਵਾਰ ਆਈਦਾ, ਐਤਵਾਰ ਆਈਦਾ ਜੀ ਇੱਥੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦਿਆਂ ਨੂੰ? ਮੈਨੂੰ ਘੱਟੋ ਘੱਟ 2 ਸਾਲ ਤੋਂ ਉੱਤੇ ਹੋ ਗਏ ਬਾਬਾ ਜੀ। ਭਾਈ ਇੰਨੀ ਗਰਮੀ ਹੈ ਇੱਥੇ, ਸੰਗਤ ਇੰਨੀ ਜ਼ਿਆਦਾ ਜਿਹੜੀ ਫਿਰ ਵੀ ਮੌਜੂਦ ਹੈ ਇੱਥੇ, ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ, ਇੱਥੇ ਸੰਗਤ ਇੰਨੀ ਦੂਰੋਂ ਦੂਰੋਂ ਕਿਉਂ ਆਉਂਦੀ ਹੈ? ਚੁੱਪ, ਬਾਬਾ ਜੀ ਇੱਥੇ ਚੁਪਹਿਰਾ ਕੱਟਣ ਆਉਂਦੇ ਨੇ ਬਾਬਾ ਜੀ ਦਾ, ਅਤੇ ਜਿਹੜੇ ਸੰਗਤਾਂ ਆਪਣੇ ਮੂੰਹੋਂ ਮੁਰਾਦਾਂ ਮੰਗਦੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ, ਇਸ ਕਰਕੇ ਸ਼ਰਧਾ ਬਹੁਤ ਹੈ, ਇਸ ਕਰਕੇ ਆਉਂਦੇ ਨੇ। ਤੁਹਾਡੀ ਕੋਈ ਮੁਰਾਦ ਕਦੇ ਪੂਰੀ ਹੋਈ? ਹਾਂਜੀ ਪੂਰੀ, ਬਹੁਤ ਕੁਛ ਹੋਇਆ ਪੂਰਾ, ਸਾਡੀ ਸ਼ਰਧਾ ਬਹੁਤ ਜ਼ਿਆਦਾ ਇਹਨਾਂ 'ਤੇ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਉਂਦੇ? ਸਾਨੂੰ 2-3 ਸਾਲ ਹੋ ਗਏ ਨੇ ਆਉਂਦੇ ਆ, ਮਤਲਬ ਬਾਰਿਸ਼ ਪੈਂਦੀ ਹੋਵੇ, ਮੀਂਹ ਹੋਵੇ, ਕੁਛ ਵੀ ਹੋਵੇ, ਆਉਣਾ ਹੀ ਆਉਣਾ। ਇੰਨੀ ਗਰਮੀ ਦੇ ਵਿੱਚ ਵੀ ਜਿਹੜਾ ਤੁਸੀਂ ਸੇਵਾ ਕਰ ਰਹੇ ਹੋ, ਪਾਣੀ ਦੀ, ਜਲ ਦੀ ਸੇਵਾ ਕਰ ਰਹੇ ਹੋ ਇੱਥੇ, ਇਸ ਥਾਂ 'ਤੇ ਬਾਬਾ ਦੀਪ ਸਿੰਘ ਦੀ ਜਗ੍ਹਾ ਦੇ ਉੱਪਰ ਕਿਹੜੀ ਚੀਜ਼ ਤੁਸੀਂ ਕਦੇ ਮੰਗੀ ਜਿਹੜੀ ਪੂਰੀ ਹੋਈ? ਸਾਨੂੰ ਸਭ ਕੁਛ ਮਿਲਿਆ, ਜੋ ਵੀ ਮੰਗਿਆ ਹੋਵੇ, ਸਾਡੇ ਕੋਲ ਮਕਾਨ, ਸਾਨੂੰ ਬਾਬੇ ਨਾਲ ਮਕਾਨ ਦੇ ਸਭ ਕੁਝ ਦਿੱਤਾ ਬਾਬਾ ਜੀ ਨੇ, ਬਹੁਤ ਕੁਛ ਦਿੱਤਾ ਹੋਵੇ। ਕਿੱਥੋਂ ਕਿੱਥੋਂ ਆਉਂਦੀ ਹੈ ਸੰਗਤ? ਬਹੁਤ ਦੂਰੋਂ ਦੂਰੋਂ, ਲੁਧਿਆਣੇ ਤੋਂ ਬਾਹਰੋਂ ਵੀ ਆਉਂਦੇ? ਹਾਂਜੀ ਬਾਹਰੋਂ ਵੀ ਆਉਂਦੇ। ਕਿੰਨੇ ਵਜੇ ਸ਼ੁਰੂ ਹੁੰਦਾ ਇੱਥੇ ਸਵੇਰੇ? 12 ਵਜੇ ਸਵੇਰੇ, 12 ਵਜੇ ਸ਼ੁਰੂ ਹੁੰਦਾ, 4 ਵਜੇ ਤੱਕ। ਕਿਹੜਾ ਕਿਹੜਾ ਪਾਠ ਹੁੰਦਾ? ਜਪਜੀ ਸਾਹਿਬ ਦੇ 2 ਪਾਠ, ਸੁਖਮਨੀ ਸਾਹਿਬ ਦਾ 1 ਪਾਠ, ਜਪਜੀ ਸਾਹਿਬ 5 ਪਾਠ, ਚੁਪਈ ਸਾਹਿਬ 2, ਅਤੇ ਸੁਖਮਨੀ ਸਾਹਿਬ 1 ਪਾਠ। ਵੀਰ ਜੀ ਦੇਖ ਰਹੇ ਹਾਂ ਕਿ ਇੰਨੀ ਗਰਮੀ ਹੈ ਇੱਥੇ, ਪਸੀਨੋ ਪਸੀਨੀ ਹੋਇਆ ਪਿਆ ਹਰ ਇੱਕ ਜਣਾ, ਫਿਰ ਵੀ ਇੰਨੀ ਸੰਗਤ ਇੱਥੇ ਪਹੁੰਚਦੀ ਹੈ, ਕੀ ਸ਼ਰਧਾ ਇੱਥੋਂ ਦੀ? ਵਾਹਿਗੁਰੂ, ਸਭ ਨਾਲ ਪਹਿਲੇ ਸਾਰੀ ਸੰਗਤ ਨੂੰ, ਗੁਰੂ ਪਿਆਰੀ ਸਾਹਿਬ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੁੱਧਵਾਰ ਦਾ ਦਿਨ, ਧੰਨ ਧੰਨ ਬਾਬਾ ਦੀਪ ਸਿੰਘ ਦਾ ਜੋ ਦਿਨ ਹੈ ਜੀ, ਚੁਪਹਿਰਾ ਸਾਹਿਬ ਜੋ ਲੁਧਿਆਣਾ ਵਿਖੇ ਸਾਰੀ ਸੰਗਤ ਰਲ ਮਿਲ ਕੇ, ਸ਼ਹਿਰ ਨਿਵਾਸੀ ਸਾਰੇ ਮਨਾ ਰਹੇ ਨੇ ਜੀ, ਇਹ ਸਭ ਗੁਰੂ ਦਾ ਪਿਆਰ ਹੈ ਜੀ, ਇਹ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ। ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ, ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ, ਭਾਵੇਂ 46 ਡਿਗਰੀ ਤਾਪਮਾਨ ਹੈ, ਚਾਹੇ 48 ਜਾਂ ਭਾਵੇਂ ਕੱਲ੍ਹ ਨੂੰ 50 ਵੀ ਹੋ ਜਾਏਗਾ, ਐਦੂ ਵੱਧ ਤੁਹਾਨੂੰ ਰਸ਼ ਮਿਲੇਗਾ, ਐਦੂ ਘੱਟ ਰਸ਼ ਨਹੀਂ ਮਿਲੇਗਾ, ਇਹ ਗੁਰੂ ਦਾ ਪਿਆਰ ਹੈ, ਗੁਰੂ ਦੀ ਸੰਗਤ ਹੈ ਜੀ, ਸ਼ਰਧਾ ਹੈ ਜੀ। ਇੱਥੇ ਸੁਣਿਆ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਆ ਉਹ ਪੂਰੀ ਹੁੰਦੀ ਹੈ, ਸੱਚ ਹੈ ਗੱਲ ਇਹ? ਬਿਲਕੁਲ
ਬਿਲਕੁਲ 101% ਸੱਚ ਹੈ ਜੀ। ਜੋ ਕੁਛ ਡਾਕਟਰ ਨਹੀਂ ਕਰ ਸਕਦੇ, ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ, ਉਹ ਬਾਬਾ ਦੀਪ ਸਿੰਘ ਆਣ ਕੇ ਇੱਥੇ ਕਰ ਦਿੰਦਾ। ਬਹੁਤ ਦੂਰੋਂ ਜਿਹੜਾ ਵਿਦੇਸ਼ਾਂ 'ਚੋਂ, ਸ਼ਹਿਰਾਂ 'ਚੋਂ, ਕਈ ਕਈ ਇਲਾਕਿਆਂ 'ਚੋਂ ਜਿਹੜੀ ਸੰਗਤ, ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦੇ, ਜਿਨ੍ਹਾਂ ਦੇ ਡਾਕਟਰ ਜਵਾਬ ਦੇ ਚੁੱਕੇ ਨੇ, ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇੱਥੇ ਹਮੇਸ਼ਾ ਰਸ਼ ਮਿਲੇਗਾ ਜੀ, ਅਤੇ ਹਰੇਕ ਤਰ੍ਹਾਂ ਦੀ ਤੁਹਾਨੂੰ ਸ਼ਰਧਾ ਹੈ ਜੀ ਇੱਥੇ। ਅੱਖੀ ਤੁਹਾਡਾ ਦੇਖਿਆ ਕੋਈ ਹੈਗਾ ਇੱਦਾਂ ਦਾ ਇੰਸੀਡੈਂਟ ਕਿ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਆ ਕੇ ਠੀਕ ਹੋਇਆ ਹੋਵੇ? ਹਾਂਜੀ ਬਿਲਕੁਲ ਜੀ, ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਠੀਕ, ਜਿਨ੍ਹਾਂ ਦੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ, ਤੁਹਾਡਾ ਥੋੜ੍ਹੇ ਦਿਨ ਹੈ, ਉਹ ਇੱਥੇ ਆਣ ਕੇ ਬੁੱਧਵਾਰ ਨੂੰ ਚਪਹਿਰਾ ਕੱਢਦੇ ਨੇ, ਆਪਣਾ ਪੂਰਾ ਚਪਹਿਰਾ ਸਵੇਰ ਤੋਂ ਲੈ ਕੇ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੋ ਚਪਹਿਰਾ ਸਾਹਿਬ ਲੱਗਦੇ ਨੇ, ਜਿਹੜਾ ਉਹਨਾਂ ਦੇ ਇੱਕ ਵੀ ਚਾਹੇ ਦੋ ਵੀ ਜਿੰਨੇ ਵੀ ਉਹ ਚਪਹਿਰੇ ਕੱਢਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ, ਜੋ ਵੀ ਉਹਨਾਂ ਦੀ ਸ਼ਰਧਾ ਪਰਮਾ ਭਾਵਨਾ ਦੁੱਖ ਸੁੱਖ ਬਾਬਾ ਦੀਪ ਸਿੰਘ ਕੋਲ ਖੜ ਕੇ ਸੁਣਦੇ ਨੇ ਜੀ, ਸਭ ਠੀਕ ਹੋ ਕੇ ਗਏ ਨੇ ਜੀ ਇੱਥੋਂ ਦੇ। ਕਿੰਨਾ ਟਾਈਮ ਇੱਥੇ ਆਉਣਾ ਪੈਂਦਾ ਇਸ ਚਪਹਿਰਾ ਸਾਹਿਬ ਦੇ ਵਾਸਤੇ? ਇਹ ਤੁਹਾਡੀ ਸ਼ਰਧਾ ਹੈ ਜੀ, ਜਦੋਂ ਤੁਸੀਂ ਇੱਥੇ ਪਹਿਲੀ ਗੱਲ, ਜਿਹੜਾ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ, ਉਹ ਸਗੋਂ 4 ਬੰਦੇ ਕੀ 10 ਬੰਦੇ ਕੀ ਹੋਰਾਂ ਨੂੰ ਲੈ ਕੇ ਆਉਂਦਾ, ਸਾਰੀ ਗੁਰੂ ਦੀ ਸੰਗਤ ਹੈ ਜੀ, ਗੁਰੂ ਦਾ ਪਿਆਰ ਹੈ। ਤੁਸੀਂ ਬਾਈ ਪ੍ਰੋਫੈਸ਼ਨ ਉਹਦਾ ਜੋਬ ਕਰਦੇ ਹੋ, ਕੰਮ ਕਰਦੇ ਹੋ? ਮੇਰਾ ਆਪਣਾ ਬਿਜ਼ਨਸ ਹੈ ਜੀ, ਮੇਰੀ ਚੱਕੀ ਆਟੇ ਦੀ ਜੀ। ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਦੀ ਸੇਵਾ ਕਰ ਰਹੇ ਹੋ? ਇਹ ਸਭ ਗੁਰੂ ਕਰਾਉਂਦੇ ਜੀ, ਅਸੀਂ ਨਹੀਂ ਕਰਦੇ ਜੀ, ਨਾ ਅਸੀਂ ਆਉਂਦੇ ਹਾਂ ਜੀ, ਨਾ ਅਸੀਂ ਹੁਣ ਸਾਡੇ ਕੋਲ ਕਈ ਵਾਰੀ ਨਾਗੇ ਹੋ ਜਾਂਦੇ ਨੇ, ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ, ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ, ਇਨਸਾਨ ਕਦੀ ਵੀ ਨਹੀਂ ਆ ਸਕਦਾ, ਜੋ ਆਪਾਂ ਕਹਿੰਦੇ ਆਪਾਂ ਕੱਲ੍ਹ ਜਾਣਾ ਵੈ, ਕੱਲ੍ਹ ਦਾ ਕੁਛ ਨਹੀਂ ਪਤਾ, ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ, ਉਹ ਬੁਲਾਉਂਦੇ ਨੇ, ਉਹ ਸੇਵਾ ਕਰਾਉਂਦੇ ਨੇ, ਇਨਸਾਨ ਨਹੀਂ ਸੇਵਾ ਕਰਦਾ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਆ? ਮੈਨੂੰ ਇੱਥੇ ਆਉਂਦੇ ਨੇ ਘੱਟੋ ਘੱਟ 5 ਸਾਲ ਹੋ ਗਏ ਨੇ ਜੀ। 5 ਸਾਲ ਤੋਂ ਲਗਾਤਾਰ ਆ ਰਹੇ? ਹਾਂਜੀ ਲਗਾਤਾਰ ਜੀ। ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ, ਕਹਿੰਦੇ ਹਰ ਇੱਕ ਗੱਲ ਜਿਹੜੀ ਹੈ ਮਨ ਦੀ ਪੂਰੀ ਹੁੰਦੀ ਹੈ, ਜੋ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇੱਥੇ ਆ ਕੇ ਲੋਕਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ, ਇੰਨੀ ਗਰਮੀ ਦੇ ਵਿੱਚ ਤੁਸੀਂ ਆਏ ਹੋ ਇੱਥੇ ਗੁਰਦੁਆਰਾ ਸਾਹਿਬ? ਬੋਲਿਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ, ਇਹਨਾਂ ਦਾ ਅਟੈਕ ਆ ਗਿਆ ਸੀਗਾ ਪੈਰਾਲਾਈਜ਼ ਦਾ, ਉਹ ਦਿਮਾਗ ਜਿਹੜਾ ਨਾ ਕੰਮ ਨਹੀਂ ਕਰਦਾ ਹੈਗਾ ਉਹਨਾਂ, ਉਹਦੇ ਵਿੱਚ ਥੱਗੇ ਹੋ ਗਏ ਸੀ ਨਾ, ਜਿਹੜੇ 'ਚ ਖੂਨ ਜੰਮ ਜਾਂਦਾ, ਮਤਲਬ ਆਕਸੀਜਨ ਨਹੀਂ ਮਿਲਦੀ, ਅਤੇ ਇਹਨਾਂ ਡਾਕਟਰ ਦੀ ਥਾਂ 'ਤੇ ਤੁਸੀਂ ਇੱਥੇ ਆ ਗਏ? ਅਸੀਂ ਮੰਨਦੇ ਮਹਾਰਾਜ ਨੂੰ ਪਹਿਲਾਂ ਡਾਕਟਰ ਕੋਲ ਗਏ ਸੀ, ਡਾਕਟਰ ਕੋਲ ਗਏ, ਦਵਾਈ ਚੱਲੂ ਆ, ਉਹ ਜ਼ਿੰਦਗੀ ਭਰ ਚੱਲਣੀ ਦਵਾਈ। ਹਾਂਜੀ ਹਾਂਜੀ, ਸਰਦਾਰ ਜੀ ਅੱਗੇ ਫਰਕ ਪਿਆ ਫਿਰ? ਹਾਂ, ਕਿੰਨੀ ਸਰਦਾ ਇੱਥੇ? ਬਹੁਤ ਜ਼ਿਆਦਾ, ਜਿੱਦਾਂ ਨਾ ਆਈਏ ਤਾਂ ਲੱਗੂਗਾ ਕਿ ਤੜਫਦਾ ਦਿਲ ਵੀ, ਚਾਹੇ ਮੱਥਾ ਹੀ ਅਸੀਂ ਟੇਕ ਕੇ ਆਈਏ। ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਇੱਥੇ ਆ ਰਹੇ ਹੋ? ਹਾਂਜੀ ਹਾਂਜੀ, ਚਾਹੇ ਮੀਂਹ ਪੈਂਦਾ ਹੋਵੇ, ਗਰਮੀ ਹੋਵੇ, ਕੁਝ ਵੀ ਹੋਵੇ, ਅਸੀਂ ਕੋਸ਼ਿਸ਼ ਪੂਰੀ ਕਰਦੇ ਹਾਂ। ਬਾਬਾ ਦੀਪ ਸਿੰਘ ਦੀ ਕਿਰਪਾ ਹੁੰਦੀ ਹੈ ਪੂਰੀ? ਹਾਂਜੀ ਹਾਂਜੀ, ਬਿਲਕੁਲ ਹੁੰਦੀ ਹੈ, ਮਨ ਵਿੱਚ ਇਹ ਸਾਨੂੰ ਹੈਗਾ, ਅਸੀਂ ਜ਼ਰੂਰ ਆਉਂਦੇ ਹਾਂ, ਹੁੰਦੀ ਆ ਇਹ ਦਿਲੋਂ ਆ ਬੇਟੇ। ਭੂਜੀ, ਇੱਥੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਬੁੱਧਵਾਰ ਹੈ, ਕਹਿੰਦੇ ਚੁਪਹਿਰਾ ਸਾਹਿਬ ਇੱਥੇ ਕੱਟਣ ਆਉਂਦੀ ਹੈ ਸੰਗਤ, ਇੰਨੀ ਗਰਮੀ ਹੈ, ਇੰਨੀ ਧੁੱਪ ਹੈ, ਫਿਰ ਵੀ ਸੰਗਤ ਬੜੀ ਦੂਰੋਂ ਦੂਰੋਂ ਆਉਂਦੀ ਹੈ, ਕੀ ਮਾਨਤਾ ਇੱਥੋਂ ਦੀ? ਮਾਨਤਾ ਕੋਈ ਖਾਸ ਨਹੀਂ ਹੈਗੀ, ਮਾਨਤਾ ਇਹ ਮਨ ਦੀ ਸ਼ਰਧਾ ਵਾ, ਜਿੱਥੇ ਮਨ ਦੀ ਸ਼ਰਧਾ ਟਿਕ ਜਾਂਦੀ ਉੱਥੇ ਬਾਬੇ ਦੇ ਬਾਰੇ ਨਿਹਰੇ ਹੋ ਜਾਂਦੇ ਆ। ਤੁਸੀਂ ਵੀ ਆਉਂਦੇ ਹੋ ਇੱਥੇ? ਮੈਂ ਸਵੇਰ ਦੇ ਟਾਈਮ ਮੱਥਾ ਟੇਕ ਕੇ ਆਪਣੇ ਕੰਮ 'ਤੇ ਚਲੇ ਜਾਂਦਾ ਬਸ। ਅਤੇ ਜਿਹੜੀ ਸੰਗਤ ਇੱਥੇ ਆਉਂਦੀ ਹੈ, ਸੁਣਿਆ ਕਿ ਇੱਥੇ ਬੜਿਆਂ ਦੇ ਕਹਿੰਦੇ ਵੀ ਬਿਮਾਰੀਆਂ ਵੀ ਠੀਕ ਹੁੰਦੀਆਂ ਨੇ ਲੋਕਾਂ ਦੀਆਂ, ਜਿਹੜੀਆਂ ਮਨ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ, ਜਿਹੜੇ ਮਨ 'ਤੇ ਧਾਰ ਕੇ ਆਉਂਦਾ ਬੰਦਾ ਕਿਤੇ ਵੀ ਚਲੇ ਜਾਵੇ ਉਹ ਹਮੇਸ਼ਾ ਹੀ ਉੱਥੋਂ ਮੰਨਤ ਪੂਰੀ ਹੁੰਦੀ ਹੈ, ਕਿਉਂ ਉੱਥੇ ਗੁਰੂ ਨਾਨਕ ਦੇਵ ਆਪ ਵਾਸਾ ਹੈਗਾ। ਇੱਥੇ ਜਿਵੇਂ ਤੁਸੀਂ ਹੁਣ ਆਪ ਮੰਨਦੇ ਹੋਗੇ, ਇੱਥੇ ਗੁਰੂ ਸਾਹਿਬ ਆਪ ਪ੍ਰਕਾਸ਼ਮਾਨ ਹੁੰਦੇ ਨੇ ਜੋ ਸੰਗਤ ਇੰਨੀ ਇੱਥੇ ਪਾਠ ਕਰਦੀ ਹੈ? ਜੀ, 24 ਘੰਟੇ ਗੁਰਦੁਆਰਾ ਖੁੱਲ੍ਹਾ ਹੁੰਦਾ ਜੀ। ਕਿੰਨੀ ਸੰਗਤ ਜਿਹੜੀ ਹੈ, ਕਿੰਨੀ ਕੁ ਦੂਰੋਂ ਦੂਰੋਂ ਜਿਹੜੀ ਸੰਗਤ ਇੱਥੇ ਆਉਂਦੀ ਹੈ? ਮੇਰੇ ਖਿਆਲ ਪੂਰਾ ਲੁਧਿਆਣਾ 99% ਆਉਂਦਾ, ਚੁਪਹਿਰੇ ਹੋਰ ਵੀ ਬੁੱਧਵਾਰ ਲੱਗਦੇ ਨੇ ਕਿਤੇ, ਉੱਥੋਂ ਵੀ ਸੰਗਤ ਕੱਟ ਕੇ ਇੱਥੇ ਆ ਜਾਂਦੀ।